ਕਿਤੇ ਗਏ ਨੇ ਬੁੱਢੇ ਸਨ। ਉਹ ਕੱਕਾ ਉੱਥੋਂ ਦੇ ਸਨ, ਅਜ਼ਮਤ ਸਾਹਿਬ ਸ਼ਾਇਰ ਸਨ ਬੜੇ ਅੱਛੇ, ਉਹਨਾਂ ਦੀ ਉਹ ਲਿਖੀ ਰੁਬਾਈ ਹੈ। ਉਹ ਰੁਬਾਈ ਹੈ ਕੀ ਹੈ ਜੀ, ਉਹ ਲਿਖਦੇ ਨੇ ਸਾਹਿਬਜ਼ਾਦਾ ਸਾਹਿਬ ਪੜ੍ਹਦੇ ਹੁੰਦੇ ਸਨ, ਯਜ਼ੀਦ ਦਾ ਇਹ ਮੁਤਾਲਬਾ ਸੀ, ਹੈ ਜੀ, ਯਜ਼ੀਦ ਦਾ ਇਹ ਮੁਤਾਲਬਾ ਸੀ, ਮੈਂ ਤੇ ਬੈਤ ਹੁਸੈਨ ਦਿਲਗੀਰ ਹੋਵੇ, ਨਾ ਨਮਾਜ਼ ਰੋਜ਼ਾ ਨਾ ਅਜ਼ਾਨ ਹੋਵੇ ਤੇ ਨਾ ਕਾਬੇ ਦੀ ਇਹ ਤੌਕੀਰ ਹੋਵੇ, ਐਸੀ ਦਿਲ ਹੁਸੈਨ ਦਾ ਹੱਕ ਰਹਿ ਜਾਏ, ਐਸੀ ਦਿਲ ਹੁਸੈਨ ਦਾ ਹੱਕ ਰਹਿ ਜਾਏ, ਭਾਵੇਂ ਸੈਯਦਾਂ ਵਾਲੀ ਅਖੀਰ ਹੋਵੇ ਤੇ ਅਜ਼ਮਤ ਗੱਲ ਤੇ ਗੱਲ ਕਟਾਣ ਕੀਤੇ ਅੱਜ ਪਈ ਸ਼ਬੀਰ ਸ਼ਬੀਰ ਹੋਵੇ। ਯਜ਼ੀਦ ਦਾ ਇਹ ਮੁਤਾਲਬਾ ਸੀ, ਮੈਂ ਤੇ ਬੈਤ ਹੁਸੈਨ ਦਲਗੀਰ ਹੋਵੇ, ਨਾ ਨਮਾਜ਼ ਰੋਜ਼ਾ ਨਾ ਅਜ਼ਾਨ ਰਹਿ ਜਾਏ ਤੇ ਨਾ ਕਾਬੇ ਦੀ ਇਹ ਤੌਕੀਰ ਹੋਵੇ, ਐਸੀ ਦਿਲ ਹੁਸੈਨ ਦਾ ਹੱਕ ਰਹਿ ਜਾਏ, ਭਾਵੇਂ ਸੈਯਦਾਂ ਵਾਲੀ ਅਖੀਰ ਹੋਵੇ, ਅਜ਼ਮਤ ਗੱਲ ਤੇ ਗੱਲ ਤੇ ਗੱਲ ਕਟਾਣ ਕੀਤੇ ਅੱਜ ਪਈ ਸ਼ਬੀਰ ਸ਼ਬੀਰ ਹੋਵੇ। ਹੁਣ ਜਨਾਬ ਦੇ ਸਾਹਮਣੇ ਜਨਾਬ ਜ਼ਾਕਰਿਆ ਅਲ ਬੈਦ ਇਮਰਾਨ ਹੈਦਰ ਸਾਹਿਬ ਆਫ ਬੂਰੇਵਾਲਾ ਜ਼ਿਕਰੇ ਮੁਹੰਮਦ ਵਾਲੇ ਮੁਹੰਮਦ ਬਿਆਨ। بسم الله الرحمن الرحيم اللهم كل ولي كل حجة ابن الحسن صلواتك عليه وعلى آله في هذه الساعة وفي كل ساعة من ساتل النهار وليا وحافظا وقائدا وناصرا ودليلا وعينا حتى تسكنه ارضك وتمتعه فيها طويلا يا رب محمد وآل محمد صل على محمد وآل محمد وأجل فرج يا قائم آل محمد اللهم صل على محمد وآل محمد صلوات سارے بڑے بادشاہ دی ذات تے مولا اللہ ਸਲਵਾਤ ਪੜ੍ਹਨਾ ਵੀ ਇਬਾਦਤ ਹੈ, ਇਬਾਦਤ ਸਮਝ ਕੇ ਸਾਰੇ ਸਲਵਾਤ ਪੜ੍ਹੋ। ਜਿਵੇਂ ਦਰਬਾਰ ਸੋਹਣਾ, ਇਸ ਦੀਵਾਰ ਸੋਹਣੇ, ਸੋਹਣੀ ਆਵਾਜ਼ ਨਾਲ ਸੋਹਣੀ ਸਲਵਾਤ। ਇਸਤਕਬਾਲ ਰੂਹੇ ਮਾਸੂਮੀਨ ਵਾਸਤੇ ਖਬਨ ਕਰਕੇ ਫਿਰ ਵੀ ਸਾਰੇ ਸਲਵਾਤ ਪੜ੍ਹੋ। ਬਾਰਵੇਂ ਇਮਾਮ ਦੀ ਅਮਦ ਔਰ ਸਲਾਮਤੀ ਵਾਸਤੇ ਅਗਲੇ ਪਿਛਲੇ ਵਾਜਬ ਸਮਝ ਕੇ ਨਹੀਂ, ਵਾਜਬ ਸਮਝ ਕੇ ਬੋਲਣ ਦਾ ਆਵਾਜ਼ ਨਾਲ ਸਲਵਾਤ ਪੜ੍ਹੋ। ਅਹਿਮਦ ਨਾਰੇ ਤਕਬੀਰ, ਤਾਦਾਦ ਕਾਫੀ ਬੋਲਣ ਦਾ ਆਵਾਜ਼ ਨਾਲ ਆਖੋ ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰੇ ਹੈਦਰੀ, ਹੈਦਰੀ ਹੁਸੈਨੀਅਤ, ਹੁਸੈਨੀਅਤ, ਯਜ਼ੀਦੀਅਤ, ਯਜ਼ੀਦੀਅਤ, ਆਲੇ ਮੁਹੰਮਦ ਦੇ ਦੁਸ਼ਮਣਾਂ ਤੇ ਲਾਨਤ, ਆਕ ਮੁਹੰਮਦ ਦੇ ਕਾਤਲਾਂ ਤੇ ਲਾਨਤ, ਅਜ਼ਾਦਾਰੀ ਦੇ ਦੁਸ਼ਮਣਾਂ ਤੇ ਲਾਨਤ, ਅਜ਼ਾਦਾਰਾਂ ਦੇ ਦੁਸ਼ਮਣਾਂ ਤੇ ਲਾਨਤ। ਸਲਵਾਤ ਐਸੀ ਪੜੋ ਜ਼ਿਕਰ ਜੰਨਤ ਬਣ ਜਾਵੇ। ਜ਼ਿਕਰ ਸੋਹਣਾ, ਜ਼ਿਕਰ ਦੇ ਵਾਰਸ ਸੋਹਣੇ, ਹਰ ਮਜਲੇ ਸੇ ਚਾਦਾ ਜਿਤਨੇ ਕਦਮ ਤੁਰ ਕੇ ਆਏ ਹੋ, ਮਾਲਿਕ ਤੁਹਾਡਾ ਕਦਮ ਕਦਮ ਤੁਰਿਆ ਕਬੂਲ ਫਰਮਾਏ। ਜਿਤਨੀਆਂ ਦੁਆਵਾਂ ਮੇਰੇ ਜ਼ੁਮੇਨ ਮਾਲਿਕ, ਸਭ ਦੀਆਂ ਨੇਕ ਦਿਲੀ ਹਾਜਾਤ ਪੂਰੀਆਂ ਫਰਮਾਏ। ਸਾਡੇ ਬਾਰਵੇਂ ਦਾ ਜਲਦੀ ਜ਼ਹੂਰ ਹੋਵੇ, ਹੱਕ ਤੇ ਬਾਤਲ ਦਾ ਫੈਸਲਾ ਹੋਵੇ। ਸੈਯਦ ਆਬਦ ਗਰਦੇ ਜੀ ਸਾਹਿਬ ਬਿਮਾਰ ਹਨ, ਜ਼ਿਕਰ ਦਾ ਸਦਕਾ ਮਾਲਿਕ ਸ਼ਿਫਾਏ ਕੁੱਲੀ ਅਤਾ ਫਰਮਾਏ। ਇਜਾਜ਼ਤ ਹੈ ਜੀ, ਮੈਂ ਜ਼ਿਕਰ ਸ਼ੁਰੂ ਕਰਾਂ। ਵਕਤ ਜ਼ਾਇਆ ਕਰਨਾ ਮੇਰੀ ਆਦਤ ਨਹੀਂ। ਬਿਲਾ ਫਸਲ ਦਾ ਜ਼ਿਕਰ ਹੈ,
कायनात जिदी नालैन दा सदका खा रही है उस बादशाह दा जिक्र है। और हर मजले से ज्यादा होना जिवे कायनात च कुरान के पढ़न वाले लखा इन कायनात च हुसैन भी एक इत्थे पढ़न वाले लखा सारे आमीन आखिया बई हबीब रजा नू मालिक रिहाई अता फरमा मौला दा बेहतरीन जाकर दुश्मना ने अहले बैत दी साजिश पाक बतूल दा बचड़ा उदियां मुश्किलां आसान फरमा। लफ्ज मेरा याद है जी कायनात च कुरान एक ते पढ़न वाले लखा कायनात च हुसैन भी एक पढ़न वाले लखा। अकीदा हर बंदा नहीं समझदा ना अकीदे की गल हर बंदे वास्ते होंदी है अकीदा बस वह समझते जिन्हों मां दसदी अली हक है। अच्छा जी मैं बुजुर्गों की एक रुबाई पढ़न लगा मेरे लफ्जा ते गौर करे इकरार करके खुम पे जुबाने बदल गई जागे जागे इकरार करके खुम पे जुबाने बदल गई बदली नमाजें और अजाने बदल गए। ਜਿਹੜੇ ਬੰਦੇ ਹਾਜ਼ਰ ਹੋਣ ਦਾ ਆਪਣਾ ਨਸੀਬ ਜਿਹੜੇ ਬੰਦੇ ਦੇ ਮੱਥੇ ਤੇ ਵਾਟਾ ਵੀ ਉਹਦੀ ਦਾਲ ਮਹਿੰਗੀ ਚਾਹੀਦੀ। ਇਕਰਾਰ ਕਰਕੇ ਖੁਮ ਪੇ ਜ਼ੁਬਾਨੇ ਬਦਲ ਗਈ ਬਦਲੀ ਨਮਾਜ਼ੇ ਔਰ ਅਜ਼ਾਨੇ ਬਦਲ ਗਈ ਦੀਨਦਾਰ ਦੀ ਫਰੋਸ਼ ਬਣੇ ਬੈਠੇ ਹੈ ਇਸਲਾਮ ਤੋਂ ਵਹੀ ਹੈ ਦੁਕਾਨੇ ਬਦਲ ਗਈ। ਇਸਲਾਮ ਤੋਂ ਵਹੀ ਹੈ ਇਸਲਾਮ ਤੋਂ ਵਹੀ ਹੈ ਦੁਕਾਨੇ ਉੱਚੀ ਬੋਲਿਆ ਬਈ ਦੁਕਾਨੇ ਬਦਲ ਗਏ। देखा नबी के हाथ में जब से अली का हाथ लफ्ज थोड़ा जा मुश्किल है कोशिश करता समझावा। देखा नबी के हाथ में जब से अली का हाथ बाबा जी माफी दे जे देखा अली के हाथ नबी के हाथ में जब से अली का हाथ कितनों के दम तो मौत से पहले निकल गए। कितनों के दम असद भाई कितनों के दम तो मौत से पहले निकल गए। नबी आखिरी हज करके वापस वाले एक मकाम आया अल्लाह की आवाज इत्थे रुक जा इत्थे जिथे है इत्थे रुक। मालिक खैर है फरमाया जेड़ा काम आज करना है वो ना होया मेरी रिसालत का काम ही कोई ना हर चीज खतरे च आ गई तवज्जो हर चीज खतरे च। मालिक क्या करा फरमाया पहले तो उन्होंने बंदियां दे पलान ले ले जिन्हां दा खतरा है। नहीं समझ आई किसी बंदे ने मालिक समझ नहीं आई चलो तो मैं तुहानू समझाव मालिक किवें फरमाया जिहड़े बंदे जंग च नहीं रुके इत्थे रुक देन जिहड़े जंग च नस जांदे ने उन्हां इत्थों भी नस जाण उन्हां दे पलान ले ले बड़े पलान नाल नबी उन्हां दे पलान लए फलाना दा बन गया मिंबर मिंबर ते सरकारे मुहम्मद मुस्तफा जलवा फिगन। हुण बंदे एक दूसरे नूं आखे खैर नहीं अगे हज तो निकले हां ते माहौल बदले होया वो एक वड्डो बड़ा सियाणा उस दूसरे नूं आखे वेख्या मैं तुहानूं आखिया सी कुछ ना कुछ होना है इत्थे जिहड़ा रोकिया ना कोई ना कोई कम जरूर है। नबी फरमाया मुस्कुरा के किथे मेरा वीर अली अली दा नाम आया उन्हां दे सिर च पानी पै गया। लो गल मुक गई ना जी अली नू सद लिया जी गल फिर अली ते आ गई। अच्छा सरकारे मुहम्मद मुस्तफा दे हुक्म ते सरकारे अली फरमाया लब्बैक या रसूल अल्लाह मैं हाजर अली मेरे नेड़े आ दूर न कर सरकारे अली बादशाह मिंबर ते इत्थे मेरे नाल आ जा अंदर दोवें बिरा मिंबर ते अल्लाह दी आवाज महबूब जिहड़े पिछले नूं उन्हां नूं नाल रला लै जिहड़े अगे नूं उन्हां नूं वापस बुला लै जिहड़े जागदे ने उन्हां नूं समझा जिहड़े सुत्ते ने उन्हां नूं जगा। मता कल कोई ये ना आखे मैनूं समझ ही नहीं आई। अच्छा ठीक है मालिक मालिक करना की है एक बंदा बोल अल्लाह दा सारा पैगाम पहुंचिया जबरील पैगाम लै मालिक करना एक बंदा बिचों बोल उस अगर सरकार खैर ते है सारे बंदियां नूं रोकिया अगे हज दे थके आए उत्ते सिर ते वाल एक ही नहीं उत्ते सूरज है धोपे पानी तस थकावट आज दे थके सफर कर रहे हैं इत्थे रोक लिया जे बियाबान सहरा ते हुण खैर तो है करना की है। नबी फरमाया मैं हां ममा यंतकूदा मिसदाक
मैं अपने कोलों कुछ नहीं आता, जो वो अद है मैं वो अद हाँ। तो मालिक ने की आख्या, थानू जो अल्लाह दसे है तुसी जो अद है वो अल्लाह अद है। तो मालिक की आख्या, नबी जी गल की इजाजत है सुना वा, नबी मुस्कुरा के पैदा, खुदा ने जो भेजी है शाने अली में, 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 खुदा ने जो भेजी है शाने, खुदा ने जो भेजी है आपने कोलों नहीं, खुदा ने जो भेजी है शाने अली में, खुदा ने जो भेजी है शाने अली में, खुदा ने जो भेजी है शाने अली में, खुदा ने जो भेजी है शाने अली में। वो आयत तुम्हें मैं सुनाने लगा हूँ, सुना के मलंगों को जिक्रे गदीरी, मैं जामे विलायत पिलाने लगा। अल्लाह थोड़ी नींद राज फरमावे, ढिल्ला नारा नहीं सारे बोलो हैदरी। खुदा ने जो भेजी है शाने अली में, वो आयत तुम्हें मैं सुनाने लगा हूँ, सुना के मलंगों को जिक्रे गदीरी, मैं जामे विलायत पिलाने लगा हूँ। एक बंदे आखे सरकार, अल्लाह के आखे, अल्लाह दी आवाज जिब्रील, जा जा के मेरे महबूब नु आख, अल्लाह प्यार दे मोहम्मद मेरा आया जे एक काम कर दे मुकम्मल मेरे दी का सामान। मोहम्मद मेरा आज ही काम कर दे, मुकम्मल मेरे दीन का सामान कर दे। मालिक मुकम्मल किवें, इंशाल्लाह मैं समझा लवां। सरकारे अली बादशाह दे कोल खड़ो के सरकारे मोहम्मद पूछा, मालिक मुकम्मल किवें, अल्लाह की आवाज पी आंदी है मोहम्मद मेरा काम कर दे मुकम्मल मेरे दिल का सामान कर दे मोहम्मद मेरा आज एक काम कर दे मुकम्मल मेरे दिल का सामान कर दे। बचानी है अपनी रिसालत तो फिर तू अली की विलायत का ऐलान। जी बिस्मिल्लाह करा। बचानी है अपनी रिसालत तो फिर तू ते मालिक बिस्मिल्लाह करा। मालिक मैं ते ऐलान कर दे सा ते ऐलान दा फायदा क्या होसी। जो नबी पूछिया सरकारे अली बादशाह दे सामने, अल्लाह दी आवाज पी आंदी है बचानी है अपने रिसालत तो फिर तू अली की विलायत का ऐलान कर दे, अली की विलायत का ऐलान कर दे, तुम्हारे वसीले अली को दिखा के, तुम्हारे वसीले अली को दिखा के, मैं अपना तारफ कराने लगा। अरे बोलो हाथ मिलाने करके है दरी। जियो मेरा वीर, जिना हमको ने हुक्मे गदीरी बुला दिया, जो फिर गए रसूल से पैमान बांध के, अल्लाह की जमीन भी उन्हें देती नहीं पना, अब शहर शहर फिरते हैं समान बांध।
اللہ تھوڑی زندگی دراز فرماوے. میں بسم اللہ کرا پتران دی زندگی ہوے شیر سناوا موالیاں دے ہاں تھن ونجن ہاتھ رکھ منہ تے نہیں بولنا. علی بادشاہ دی عظمت عمران کاظمی اپنے عقیدے اپنی اوقات دے مطابق پڑھے. ایک بندہ لمبے کا دلا لمبے کا دلا سرکار محمد نو دے بادشاہ دسو تے صحیح جس ویر دا بازو بلند کیتا ہے ویر کی صدمت دا مالک گونگا یا بندہ جڑا مجلس وچ بیٹھ کے علی دی عظمت نہ بولے. سرکار محمد فرمایا تو کلا نہیں جڑے تیرے نال والے کن سار چا کے آؤ میری گل سن لو میں دساں میرا ویر علی کے صدمت دا مالک. نبی مسکرا کے پیار نہیں یہ وہ ہے کہ جس نے آدم بنایا اسی نے انہو کا سفینہ بنایا. عقیدے والا بندہ بولے بھائی جی بسم اللہ کرا ہے علی یہ وہ ہے کہ جس نے تھا اللہ تعالی نے اعتراض فرماوے. نبی مسکرا کے پہ شیر مکمل سمجھے. نبی مسکرا کے پہ یہ وہ ہے کہ جس نے دیا بنایا اسی نے انو کا سفینہ بچایا. خدا نے بھی معراج کی شب شیر کو تھا پردے میں اپنی جگہ پہ بٹھایا. پردے میں اپنی جگہ پہ بٹھایا جو میں راج پہ ہاتھ دیکھا تھا میں نے جو معراج پہ ہاتھ دیکھا نے وہی ہاتھ تم کو دکھانے لگا. اللہ جی نے کہ راج فرماوے جو معراج پہ ہاتھ دیکھا تھا میں وہی ہاتھ تم کو بولے بھائی بولے وہی ہاتھ تم کو دکھانے لگا ہوں. بسم اللہ کر جی بسم اللہ کر جی وہی ہاتھ تم کو دکھانے. شیر پڑا موالیاں دے ہاتھ ٹھر جان. ہو سکے بادشاہ کوئی ہور گل اللہ دی آواز ہی سارا کم مکمل ہے جو میں آخیا تو وہ کیتا. لیکن ایک پیغام اجے بھی ہے اجے بھی ایک پیغام ہے. مالک کیڑا پیغام فرمایا فائنلی گل اینڈ کر دے بعد مالک کیویں کرا. اللہ دی آواز میرا محبوب انہاں لوگاں نوں ہاتھ چا کے بلند آواز نال دس دے کیڑی گل. یہ میرا خلیفہ میرا جانشی ہے اسے اپنے دل کے صحن میں سجا دے. یہ میرا خلیفہ میرا جانشی ہے اسے اپنے دل کے صحن میں سجا دے. نبی دے سامنے بندے آخر جی سجان نال پھر کیا ہو سی سجان نال کیا ہو سی. جی عقیدے چ مسئلہ ہے وہ داد نہیں چاہیے جہاں عقیدہ بول دے وہ بندہ بولے. نبی سجان نال پھر کیا ہو سی. نبی مسکرا کے اس بندے دے پاسے ویکھ کے اللہ پیا دے یہ میرا خلیفہ میرا جانشی ہے اسے اپنے دل کے چہنے میں سجا لو. علی کی ولایت کا اقرار نماز یہ روزے بچا لو یہ حج نماز یہ روزے بچا لو. قسم کی بریا کی علی دیکھ تم کو میں دوزخ سے تم کو بچا لگا. علی تیرے نام داسرا پاک بطول تو نمست رکھے جی. قصیدے دا بار بار حکم یکم تو شروع ہے مومنین بھی ہے لازمی پڑھے ہے لازمی پڑھے. لیکن اج میرا دل لے میں انہوں ٹال دا آیا اج میرا دل لے میں پڑھ جاؤں. کل تے میں ایک جگہ تے روز ہی ہر جگہ تے اے تواڈی دعا دے صدقے چ حکم ہوندا ہے تے رات ایک پولیس والا دنی صدرات ممبر تے آ گیا. اس آکھیا دو دن ہو گئے اسی باہر کھڑے ہو کے سننے بھی ہن بھی پڑھے آئے تے ہن بھی پڑھے ہوں پڑھنا نہیں تو اِسی لنگن ہی نہیں دینا. میں کہ ہوں تو میں لنگے ہوں کل میں پڑھ سکوں. میں قصیدہ شروع پہ کردہ میرا شاہکار قصیدہ میرا ایواڑی یافتہ قصیدہ گھوڑے تے بہ کے اکبر دے بابے نو لکھ نالے گل کیتی ہے. سرکار فرمانے جاگو غفلت سے مجھ کو پہچانو میں ہی خیر النساء کا بیٹا ہوں جس کی تعظیم ہے نبی کرتے میں اسی فاطمہ کا بیٹا ہوں.
اپیل کر سا صرف میرے لفظاں تے غور کری، لفظاں تے غور کری، بیٹا ہوں بیٹا ہوں بیٹا ہوں۔ سرکار فرماتے ہیں جاگو گا فلت سے مجھ کو پہچان، میری ساری رات قریب ہو جائے، میرا قصیدہ نہ بھولیں۔ سرچا 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 تیرا معیار چیک کرا، گھوڑے تے بہ کے اکبر دا بابا نو لکھنو پیا دے، مجھ کو مجبور مت سمجھنا تم، میری ٹھوکر میں یہ زمانہ، تم بھکاری ہو روز اول سے، میرے ہاتھوں میں آب دانا ہے، میرے ہاتھوں میں آب دانا، میری پہلی غذا رسالت ہے، مانیے حال عطا کا بیٹا، سارا قرآن ہے نصاب میرا، میں روح لا الہ کا بیٹا۔ ان گیا جی جی بابا، جی بابا، لکھ بار لکھ بار پڑھتا۔ سرکار فرمانے میری پہلی میری ہر کہکشاں گزر گا، کعبہ کوثر میری منزل ہے، سورہ قدر میری قدر ہے، مجھ پہ دین خدا جس کی خاطر ہے کائنات بنی، اسی خیر الورا کا بیٹا، جس کے ہاتھوں سے ہے بنا آدم، میں علی مرتضیٰ کا بیٹا۔ ہاتھ بلند کر کے بھائی سارے حیدری، جس کے ہاتھوں سے ہے بنا آدم، میں علی مرتضیٰ کا بیٹا ہوں۔ بسم اللہ کرم، بسم اللہ، دو شیر میں پڑھے دو، کسی بندے میں داد دیتی ماسٹر جی، کوئی بندہ چپ کر گیا۔ میں منت نہیں کرتا، میں اپیل کرتا جی سمجھ آ جاوے، گھر جا کے بہ کے بستر تو سوچی میں پڑھیا کی تو سنیا کی۔ میں جدو ایک قصیدہ پڑھیا میں ممبر تے ضرور رکھے، میری زندگی موت دا فیصلہ ہے، کیونکہ میں جدو قصیدہ پڑھتا نا مینوں ایک مومن وچ اٹھ کے آ گیا، شاہ جی تہاڈی ساڈی ذریعہ نجات ہے، حسین بادشاہ نو لکھ نال گل کی تھی، نو لکھ چو بندہ بولیا جیڑا انہاں نال دے اودی داد ملنی چاہی دی، جیڑا 72 نال دے سر چاوے، اس اکھے سرکار بس تعارف ختم، اکبر دے بابے دے چہرے تے جلال آیا۔ سرکار فرمائے تعارف پوچھی آئی، میں کونا جے پوچھیا تیا میری گل سن لے، میں کونا سورہ الحمد میری سورت ہے، گونگا یہ بندہ یقیناً گونگا جڑا جی بھی نہیں بولیا، سورہ الحمد بیٹا ہوں، گل کتھے مکی، بیٹا ہوں، گل کتھے مکنی ہے جی، بیٹا ہوں، ویکھنے بیٹا ہوں فٹ کتنا آندا ہے، اور اکبر دے بابے دا جواب، سرکار فرماتے سورہ الحمد میری سورت ہے، اے ول فجر میری رنگت ہے، سورہ الحمد میری سورت ہے، اور ول فجر میری رنگت ہے، جب کہ تاہا ہے اور نام فل قربائی میری قیمت ہے، فل قربائی میری قیمت ہے، شب معراج تم کو بتلا کہ میں کس شہنشاہ کا بیٹا، جو محمد سے ہم کلام ہوا، اس زبان خدا کا بیٹا۔
जी 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 हाथ उलट करके बोलो हाय नरी नौकर जिंदगी होवे जिंदगी होवे लख बार पढ़ दे लख बार सरकार फरमाने सूरह अल हम्द मेरी सूरत है अरबल फजर मेरी रंगत है सूरह अल हम्द मेरी सूरत है अरबल फजर मेरी रंगत है जब के तार ना मेरा दिल कुर्बानी मेरी कीमत है दिल कुर्बानी मेरी कीमत है शब कलाम हुआ जुबाने खुदा का बेटा एक शेर में बचाई खड़ा शाला में समझा लवा 9 लाख की जो एक कमीना सामने है हो सके सरकार जे हो सकते ते तारफ कराओ वजहुल्ला दे पुत्र दे चेहरे ते जलाल आया इस पास में कल सुन ले जो भी उगता है इन जमीनों से सब हमारा है जो भी खाते जी 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 जो भी उगता है इन जमीनों से सब हमारा है जो भी खाते हो अकीदे आला एक बंदा बोलिया मेरे आवन का मकसद पूरा कोल आसा उस बंदे दे इंज करके नु सलाम कर सा भी तू बड़ा वड्डा अमीर है जेड़ा कायनात दे अमीर दे पुत्र दी अजमत ते नहीं बोल सकया मैं 70 पढ़ने लगा हो सकिया सरकार तारफ और कराओ शाला समझा लवा दुख पे लगता है मेरी 70 जमीन ते न टुर जाए अकबर दा बाबा वेख के दे जो भी उगता है इन जमीनों से सब हमारा है जो भी खाते हो जो भी उगता है इन जमीनों से सब हमारा है जो भी खाते हो मेरे बाबा के हाथ से बन कर मुझको आके खड़े दिखा दे खड़े दिखाते चाहे लोग और से मुझे देखो कुवते लाइला का बेटा जिसने खैबर में तुमको मारा था मैं उसी मुर्तजा का ने खैबर में तुमको मारा था मैं उसी मुर्तदा का बेटा मेरे वीरां दे आखण ते मैं एक शेर पढ़ जावां जी ये शेर ओ शेर है असद भाई जेड़ा परचे च शामिल है दुश्मनां ने अहले बैत मेरे ते परचा करवाया उस परचे च शेर शामिल है जेड़ा परचे वाले ना बोले जेड़ा साडे वाले बोल पड़े शेर में पढ़दा जिंदगी दा कोई पता नहीं केड़े मोड़ ते मुक जावे वो करम है बहन ते फिरा दा और जिंदगी मुर्शद अली दी है मौत दा डर नहीं मैं तेरे तेरे बोलन वास्ते नहीं तेरी दाद वास्ते नहीं शेर अगे आ गया लुका नहीं सकदा पढ़दा जरूर तेरा म्यार है तू जिथे जाके सुने अकबर दा बाबा इस दे पास वे कदे अपनी गल ना कर मेरे कुनबे को मेरे अल्लाह ने नज़मे दो जहां बनाया मेरे कुनबे को मेरे अल्लाह ने नज़मे दो जहां बनाया फकत अच्छा बताया है मैं गुनाहों को बख्शने वाला मैं हूं जासिम जजा का बेटा मेरे बाबा अली की सूरत में मैं खुदा की अता का अल्लाह तुनु सलामत रखे मेरे वीर ने अली और दूसरे वीर का नाम उस सामने एक वीर खड़ा है नारवे तो आए उन्होंने कहा जी बाकी कसीदे का सू नहीं पता एक कसीदा साढ़े आखण से पढ़िया जी वो लगा 3-4 दिन का आई तो मेरे तक गल अज पहुंची वो आखण से 2 सानियाँ ज्यादा नहीं 2 सानियाँ करता
ਮੁੱਲਾ ਤੂੰ ਕੀ ਜਾਣੇ ਰੁਤਬਾ ਗਾਜ਼ੀ ਦਾ ਨਬੀਆਂ ਦੇ ਵਿੱਚ ਰਹਿੰਦਾ ਹੈ ਚਰਚਾ ਸਾਨੀ ਪੜ੍ਹਾਂ ਜੀ ਅੱਗੇ ਦੋ ਪੜ੍ਹਨੀਆਂ ਨੂੰ ਅੱਗੇ ਆ ਗਈ ਹੈ ਸਾਨੀ ਨਹੀਂ ਪਹਾੜ ਹੈ ਬਰਦਾਸ਼ਤ ਕਰੋ ਤੇ ਪੜ੍ਹਾਂ ਇੱਕ ਗੱਲ ਦੱਸੋ ਸ਼ੀਆ ਸੁਣੀ ਬੈਠੇ ਹੋ ਜਿਹੜਾ ਅੱਲਾ ਦੇ ਨਬੀ ਦਾ ਫਰਮਾਨ ਨਾ ਮੰਨੇ ਉਹ ਕੌਣ ਹੈ ਬੋਲੋ ਤੇ ਸਹੀ ਆ ਕੋਈ ਹੋਵੇ ਕਿਸੇ ਮਜ਼ਹਬ ਨਾਲ ਉਹਦਾ ਤਲਕ ਹੋਵੇ ਦਿਲ ਨਹੀਂ ਕਿਸੇ ਦੇ ਦਿਲਦਾਰੀ ਨਹੀਂ ਹਿੱਟ ਨਹੀਂ ਕੋਈ ਹੋਵੇ ਕਿਸੇ ਮਜ਼ਹਬ ਨਾਲ ਉਹਦਾ ਤਲਕ ਹੋਵੇ ਜਿਹੜਾ ਅੱਲਾ ਦੇ ਨਬੀ ਦਾ ਫਰਮਾਨ ਨਾ ਮੰਨੇ ਉਹ ਕੌਣ ਹੈ ਮੈਂ ਪੜ੍ਹਨ ਲੱਗਾ ਬਿਸਮਿਲ੍ਲਾ ਕਰਾਂ ਜਿਹੜਾ ਅੱਲਾ ਦੇ ਨਬੀ ਦਾ ਫਰਮਾਨ ਨਾ ਮੰਨੇ ਉਹ ਹੈ ਮੈਂ ਇੱਥੇ ਨਹੀਂ ਆਖਿਆ ਤੁਸੀਂ ਮੰਨ ਲਿਆ ਮੈਂ ਨਹੀਂ ਆਖਿਆ ਤੁਸੀਂ ਆਖਿਆ ਬਿਲਕੁਲ ਫੈਸਲਾ ਕੀਤਾ ਮੈਂ ਸ਼ੇਰ ਪੜ੍ਹਨ ਲੱਗਾ ਇਨਸਾਫ ਆਪ ਕਰੇ ਬਾਰ ਬਾਰ ਪੈਦਾ ਲਹੋ ਲਹੋ ਲਾ ਅੱਲਾ ਅੱਲਾ ਤੁਹਾਨੂੰ ਸਲਾਮਤ ਰੱਖੇ ਪਾਕ ਬਤੂਲ ਤੁਹਾਡੇ ਵਿਹੜੇ ਵਸਤੇ ਰੱਖੇ ਅੱਜ ਪਾਲ ਆਜ਼ਾਦੀ ਟੋਲਾ ਟੋਰਾ ਕਬੂਲ ਤੇ ਮਨਜ਼ੂਰ ਫਰਮਾਵੇ ਇੱਕ ਬੰਦ ਪੜਦਾ ਜੀ ਹੁਕਮ ਲਾਇਆ ਵੀਰਾਂ ਨੇ ਹੁਕਮ ਦੀ ਤਮੀਲ ਚ ਅੱਬਾਸ ਦੀ ਭੈਣ ਦੇ ਛੇ ਬਚੜੇ ਤੇ ਕਮ ਨਾਨਕੇ ਮਿਸ਼ਨ ਦੇ ਆਏ ਦੋ ਮਣ ਦਰਿਆ ਤੇ ਕੁਸ ਗਏ ਹਨ ਦੋ ਕਰਬਲ ਸ਼ਿਮਾਰ ਸੁਭਾਨ ਅੱਲਾ ਦੋ ਮਣ ਦਰਿਆ ਤੇ ਕੁਸ ਗਏ ਹਨ ਦੋ ਕਰਬਲ ਸ਼ਿਮਾਰ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਜਾਵਾਂ ਅੱਛਾ ਆਦਾ ਪੀਆ ਦੋ ਨਿਖੜੇ ਸ਼ਾਮ ਗਰੀਬਾਂ ਦੇ ਤੇ ਜਿਹੜੇ ਵੱਲ ਨਹੀਂ ਵਾਪਸ ਆਏ ਇਸ ਇਲਾਕਿਆਂ ਲੋ ਬੀਬੀ ਲੱਭਦੇ ਲੱਭਦੇ ਬਾਲਾਂ ਖੂ ਗਈਏ ਸ਼ਹਿਰ ਰੋ ਪਏ ਹੋ ਇੱਕ ਬਾਰ ਮੈਨੂੰ ਹੋਰ ਯਾਦ ਆਇਆ ਬਜ਼ੁਰਗਾਂ ਦਾ
जी लख वार दो निखड़े निखड़े पता मां नूं है निखड़े शाम गरीबां दे ते जेड़े वल नहीं वापस आए बीबी लभदे लभदे बाला खू गई है शहर लाहौर आखो ते मैं एक बंद पढ़ जावा बंद बड़ा मुश्किल है जी बाबा लख बार पढ़ दे अब्बास 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 दी भेण दे छे बचड़े ते कम नानके मिशन दे आए दो मन दरिया ते कुस गया न दो करबल शिमार सुभान अल्लाह सुभान अल्लाह मैं माफी दी भी है मैं एक बंद पढ़न लगा मेरे ज़हन च है लुका नहीं सकता यो वैण है इस वैण ते मैं अखां नाल जख्मी वेखे मातमी वैण समझिया मेरा गौर नाल पुराने बुजुर्गों का वैण है पुत्रां नूं नाल लैके जिन्हां मैं मुस्लिम टुरन ते बड़े हौसले नाल भी मैं रोवना नहीं अली दियां दियां रोसन जे महरुना परदेदार रोसन खैमे दा मोड़ मुड़न आल माले ते दीद पै गई शहर रसूल नगर वाले देखण दी दे रही जनाबे मुस्लिम दियां अखां वसियां गाजी दे गले च पाई पा के तेरे नाले पूर शरीफा दा ते नाडी को सफर करावे तेरे गैरतमंद सब फौजी है नार खैनू सबार अच्छा सैयदा दे नामूस दा गाजी जिथे लफज आवे सर तन दी बाजी लावे हाथ बन के दिन तोड़े अपनी भैन की कैद बंजे ना ज़ैनब कैद अल्लाह मातम कबूल करे अल्लाह मातम कबूल करे जी तोड़े अपनी भैन थी कैद बंजे जेड़ा हिस्सा मैं बढ़ना चाहना ओही सबर सा मारा गया प्यू ते रुल गया पुत्र नहीं करना सफर ढेर सारे ड्यूटियां ढेर सारी मारा गया प्यू रुल गया पुत्र नहीं समझ आई तेन जाखा मारा गया हुसैन दे वकील रुल गई हुसैन दे वकील दी जोड़ी जेड़े ईद वाले दिन लाहौर वेंदे बंदे मेरी गल दी तईद करे अखां नाल वेखाया मुसैयब लाहौर मलका दे पुत्रां दे रोजे नूं और बंदे दा दिल नहीं आता मैं वापस जावां नहीं आता जिहड़े औलाद वाले उहनां बंदियां दा दिल नहीं आता मैं वापस जावां सरजा मैं तेरे मिजाज नाल सत्तर आखां मेरे आखण ते ईद वाले दिन अगर तू ना जा सके ना लाहौर अपने वेड़े च खड़ो के एक लम्हा मेरे आखण ते कढ़ी लाहौर दे पासे मूंह करके कि लाहौर दी मलका तेरे पुत्रां दे वड्डे अरमान अलमा वाले दी भैण है तेरी तेनू खाली ना मले सी मेरिया मावां भैणा उन्हां दे हिस्से तो जुमला तईद कर सन शहर रसूल नगर वाले उन्हां भैणां दियां ईदां नहीं आउंदियां जिन्हां दे वीर घर ना होवण उस मां नूं खाने चंगे नहीं लगदे जिहदे पुत्र दूर होवण रो पए हो जिहड़े बंदे अजे भी सोच च बैठे उन्हां दा अपना नसीब मैं आखे मारा गया प्यू ते रुल गए पुत्र सारी रात बाबा जी भजदे रहे वो कूफा वो कूफे दियां गलियां ना रो तेरा अपना नसीब है कूफे दे सदर बाजार ही दौड़ दे पैन या छोटा शहजादा जमीन ते जण पी है वड्डा वापस आके हाथ दा आसरा दे के उठा के दे कोई पत्थर आई छोटा दे पत्थर नहीं साढ़े बाबे की लाश आई मातम सोहना लगता दादारा नूं सोहना लगता मातम पत्थर नहीं साढ़े बाबे की लाश आई कूफे वाले अजे साढ़े बाबे नूं दफन ही नहीं किया आयो मैं मर जावा वड्डा बिरा छोटे दा मत्था चुम के दे जानदा है ना कल ईद इत्थे रुक पए ते फौजां दे हत्थे आवे सो चल चलिए छोटे बिरा नूं आसरा दे के वड्डे बिरा टोरिया सारी रात बजदे रहे उहो कूफा उहो कूफे दियां गलियां नमकियां शहर रसूल नगर दा गैरतमंद ददार कूफे दे नालों इक तालाब तालाब दे किनारे ते इक दरख्त दोवें शहजादे थक के दरख्त ते चढ़ गए
ਬਜ਼ੁਰਗਾਂ ਵਾਸਤੇ ਜੁਮਲਾ ਆਖਣ ਲੱਗਾ। ਛੋਟੇ ਸ਼ਹਿਜ਼ਾਦੇ ਦਰਖਤ ਤੇ ਦੋਵੇਂ ਹਾਰਸ ਦੀ ਨੁਕਰਾਨੀ ਪਾਣੀ ਭਰਨ ਵਾਸਤੇ ਆਈ ਤੇ ਪਾਣੀ ਚ ਡਿੱਠੇ ਸ਼ਹਿਜ਼ਾਦਿਆਂ ਦੇ ਚਿਹਰਿਆਂ ਦੇ ਅਕਸ। ਇਸ਼ਾਰਾ ਮੈਂ ਕਰ ਸਕ ਕਦਰਦਾਨ ਲੋਕ ਆਏ ਕਰ ਸੁਣ ਦਰਖਤ ਦੇ ਪਾਸੇ ਵੇਖ ਕੇ ਰੋ ਕਿ ਅਦੀ ਯੂਸੇਫ ਹੋ ਕਰ ਮਾਤਮ ਸੋਹਣਾ ਲੱਗਦਾ ਮਾਤਮ ਅਦਾਰਾਂ ਨੂੰ। ਯੂਸੇਫ ਹੋ ਕਹਿ ਮਾਂ ਦੀ ਝੋਲੀ ਉਜਾੜੀ ਛੋਟਾ ਦੇ ਜਿਹਨੂੰ ਦੱਸਣੇ ਆ ਜ਼ੁਲਮ ਕਰਦਾ ਹੈ। ਆਦੀਏ ਤੁਹਾਡਾ ਮੇਰਾ ਅੱਲਾ ਦਾ ਮੈਨੇ ਨਰੋ ਤੇਰਾ ਆਪਣਾ ਨਸੀਬ ਹੈ। ਆਦੀਏ ਤੁਹਾਡਾ ਮੇਰਾ ਅੱਲਾ ਦਾ ਮੈਨ ਛੋਟਾ ਦੇ ਜਿਹੜੇ ਪਹਿਲੇ ਮਰੇਂਦੇ ਆ ਨੂੰ ਅੱਲਾ ਨੂੰ ਮਨੇਂਦੇ ਹਨ। ਆਦੀਏ ਤੁਹਾਡਾ ਮੇਰਾ ਰਸੂਲ ਦਾ ਮੈਨੇ ਵੱਡਾ ਦੇ ਜਿਹੜੇ ਪਹਿਲੇ ਮਰੇਂਦੇ ਹਨ ਰਸੂਲ ਦਾ ਕਲਮਾ ਪੜਦੇ ਹਨ। ਆਦੀਏ ਸ਼ਹਿਜ਼ਾਦਿਓ ਕਿਹੜੀ ਜ਼ਮਾਨਤ ਮੰਗਦੇ ਹੋ? ਹੱਥ ਬੰਨ ਕੇ ਛੋਟਾ ਦੇ ਉਹਦੀ ਜ਼ਮਾਨਤ ਦੇ ਜਾਂਦੇ ਆਸਰੇ ਤੇ ਅਲੀ ਦੀਆਂ ਦੀਆਂ ਵਤਨ ਤੁਰੀਆਂ ਰੋ ਕੇ ਆਦੀਏ ਤੁਹਾਡਾ ਮੇਰਾ ਅੱਬਾਸ ਦਾ ਮੈਨੇ ਛੋਟਾ ਦੇ ਗੱਲ ਲਾਉਂ ਦੇ ਬਣੇ ਜੇ ਆ ਹਾਰਸ ਦੇ ਘਰ ਚ ਕੰਮ ਕਰਦੀ ਹਾਂ। ਹਾਰਸ ਦੀ ਜੋਜਾ ਵੀ ਤੁਹਾਡੀ ਨੁਕਰਾਨੀ ਹੈ। ਬਖਤ ਜਾਗ ਪੈਣ ਉਹਦੇ ਅੱਬਾਸ ਦੇ ਬਣੇ ਜੀ ਉਹਦੇ ਮਹਿਮਾਨ ਬਣ ਗਏ। ਜੁਮਲਾ ਮੈਂ ਅਕਸਾਂ ਔਰ ਜੁਮਲਾ ਖਸੂਸਨ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗਾਂ ਵਾਸਤੇ ਮਸਜਿਦ ਦੀ ਤਾਈਦ ਕਰਿਆ ਮੇਰੇ ਜੁਮਲੇ ਦੀ। ਬਜ਼ੁਰਗ ਆਖਿਰ ਪੜਦੇ ਹੁੰਦੇ ਨੇ ਤਕਦੀਰ ਘੇਰ ਕੇ ਹਾਰਸ ਤੇ ਕਰ ਲਏ ਜੀ। ਹਾਰਸ ਦੀ ਜੋਜਾ ਕਦਮਾਂ ਤੇ ਹੱਥ ਲਾਇਆ ਚੋਟੀਆਂ ਦੁਆਈਆਂ ਖਾਣੇ ਖਵਾਇਸ ਹਰੀ ਸ਼ਦਾ ਦਿਓ ਆਖੋ ਤੇ ਤੁਹਾਨੂੰ ਸੋਹਣੇ ਚੋਲੇ ਪਵਾਵਾਂ ਵੱਡਾ ਦੇ ਇਹਨਾਂ ਚੋਲਿਆਂ ਨੂੰ ਹੱਥ ਨਾ ਲਾਏ ਸਾਡੀ ਮਾਂ ਪਵਾਏ ਯਾਦ ਬਣ ਕੇ ਦੀ ਅੱਜ ਦੀ ਰਾਤ ਜਿਹੜਾ ਕਾਫਲਾ ਨਿਕਲਣਾ ਹਾਰ ਟੁਰ ਗਈ ਹੈ। ਕੱਲ ਫਜਰ ਲਈ ਜਿਹੜਾ ਕਾਫਲਾ ਨਿਕਲ ਸੀ ਮੈਂ ਤੁਹਾਨੂੰ ਨਾਲ ਬੇਚਦੇ ਸਾਂ ਜ਼ਾਦੇ ਰਾਹ ਦੇ ਸਾਂ। ਹੁਣ ਇਸ਼ਾਰਾ ਸਮਝੇ ਜਿਹੜੇ ਔਲਾਦ ਵਾਲੇ ਬੈਠੋ ਹੱਥ ਬੰਨ ਕੇ ਹਾਰਸ ਦੀ ਜੋਜਾ ਆਦੀ ਅਗਰ ਮਾਂ ਨੂੰ ਮਿਲ ਪਏ ਮੇਰੇ ਹੱਕ ਦੀ ਦੁਆ ਕਰ। ਸਦਕੇ 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 ਅਗਰ ਮਾਂ ਨੂੰ ਮਿਲ ਪਏ ਮੇਰੇ ਹੱਕ ਦੀ ਦੁਆ ਕਰੇ। ਵੱਡਾ ਸ਼ਹਿਜ਼ਾਦਾ ਹਾਰਸ ਦੀ ਜੋਜਾ ਨੂੰ ਆਉਂਦੇ ਤੂੰ ਕਿਉਂ ਰੋਂਦੀ ਹੈ? ਸਰ ਚਵਿਆ ਹੱਥ ਬੰਨ ਕੇ ਆਦੀ ਰੋਂਦੀ ਸਿਰਫ ਇੱਕ ਵਜ੍ਹਾ ਤੋਂ ਪਈ ਹਾਂ। ਸੋਚਦੀ ਇਹੋ ਕੁਝ ਪਈ ਹਾਂ ਜਿਨ੍ਹਾਂ ਦੇ ਤੁਹਾਡੇ ਜੇ ਵੀਰ ਨਿਖੜ ਗਏ ਨੇ ਬਹਿਣਾ ਜੀਂਦੀਆਂ ਨੇ। ਸਦਕੇ 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 ਮੈਂ ਤੇਰੇ ਮਿਜ਼ਾਜ ਨਾਲ ਸਤਰਾ ਪਿਆ ਦਾ ਜਿਨ੍ਹਾਂ ਦੇ ਤੁਹਾਡੇ ਜੇ ਵੀਰ ਨਿਖੜ ਗਏ ਨੇ ਬਹਿਣਾ ਚ ਜੀਂਦੀਆਂ ਨੇ। ਮਿੰਬਰ ਦੀ ਅਜ਼ਮਤ ਦੀ ਕਿਸਮ ਦਾ ਜਾਂ 12 ਪੌੜੀਆਂ ਉੱਚਾ ਮਕਾਨ ਜਾਂ ਚੁਬਾਰਾ ਦੋ ਬਿਸਤਰ ਬਣਾਏ ਵੱਡਾ ਦੇ ਦੋ ਨਹੀਂ ਬਿਸਤਰ ਇੱਕ ਬਣਾਵੇ ਅਦੀ ਬਿਰਾ ਦੋ ਤੇ ਬਿਸਤਰ ਇੱਕ। ਵੱਡਾ ਦੇ ਜਦੋਂ ਟੁਰਨ ਲੱਗਿਆ ਨਾ ਤੇ ਮਾਂ ਮੈਨੂੰ ਅਲੈਦਾ ਖੇਮੇ 'ਚ ਲੈ ਗਈ ਆਈ ਮੇਰੇ ਸਾਹਮਣੇ ਬਹਿ ਕੇ ਮੈਨੂੰ ਅਦੀ ਯਾਦ ਰੱਖੀ ਉਹ ਤੇਰਾ ਛੋਟਾ ਬਿਰਾ ਏ ਉਹ ਤੇਰੇ ਪੁੱਤਰਾਂ ਦੇ ਜਾਏ ਜਿੱਥੇ ਤੁਹਾਡਾ ਬਾਬਾ ਤੁਹਾਡੇ ਨਾਲ ਨਾ ਹੋਵੇ ਉਹਨੂੰ ਇਕੱਲਾ ਨਾ ਸਮਾਂ ਨਹੀਂ ਉਹ ਰਾਤੀ ਡਰ ਪੈਂਦਾ। ਅਸੀਂ ਦੋਵੇਂ ਬਿਰਾ ਗੱਲ ਵੱਖਰੀ ਮਾਰ ਕੇ ਸਮਸਾਂ ਬਿਸਤਰ ਲੱਗ ਗਿਆ ਦੋਵੇਂ ਬਿਰਾ ਸਮ ਪਏ। ਅੱਧ ਰਾਤ ਵੇਲੇ ਲਾਂਤੀ ਘਰ ਆਇਸ ਖਾਣਾ ਨਹੀਂ ਖਾਣਾ ਪਾਣੀ ਨਾ ਪੀਸਾਂ ਆਦੀ ਵਜ੍ਹਾ ਦੇ ਜੇ ਤਾਈ ਮੁਸਲਿਮ ਦੀ ਜੋੜੀ ਨਹੀਂ ਲੱਭਦੀ ਨਾ ਮੈਨੂੰ ਖਾਣਾ ਚੰਗਾ ਲੱਗਦਾ ਨਾ ਮੈਨੂੰ ਪਾਣੀ ਚੰਗਾ ਲੱਗਦਾ। ਆਦੀ ਹਜਾ ਕਰ ਤੇਰੀ ਵੀ ਔਲਾਦ ਏ ਕੱਲ ਈ ਦੇ ਮਾਸ਼ਰ ਦੇ ਮੈਦਾਨ ਚ ਮੁਹੰਮਦ ਦੇ ਮੱਥੇ ਕਿਵੇਂ ਲੱਗਸੇ ਆਦਾ ਮੈਨੂੰ ਇਨਾਮ ਦਾ ਲਾਲਚ ਇਹ ਬੇਗੈਰਤ ਲੇਟਸ ਇਹ ਮੈਂ ਦੁਨੀਆਦਾਰੀ ਦੀ ਬਾਤ ਸਮਝਾਵਾਂ ਦੁਨੀਆਦਾਰੀ ਛੋਟਾ ਬੱਚਾ ਅੱਲਾ ਨਾ ਕਰੇ ਕਿਸੇ ਦਾ ਬੱਚਾ ਗੁੰਮ ਹੋ ਜਾਵੇ ਅੱਲਾ ਨਾ ਕਰੇ ਦੂਰ ਖੜੋ ਕਿ ਬੱਚੇ ਦੇ ਕੰਨ ਤੇ ਕਿਸੇ ਸੰਗਤੀ ਦੀ ਕਿਸੇ ਲੱਗਦੇ ਦੀ ਆਵਾਜ਼ ਆਵੇ ਨਾ ਉਹ ਭਾਵੇਂ ਜਿਹੜੀ ਦੂਰ ਹੀ ਖੜਾ ਹੋਵੇ ਨਾ ਉਹ ਫੌਰਨ ਉਸ ਜਵਾਬ ਉਸ ਹਕਲ ਦਾ ਜਵਾਬ ਦਿੰਦਾ ਬੋਲੋ ਕੋਸ਼ਿਸ਼ ਕਰਦਾ ਮੈਂ ਇਸ ਆਵਾਜ਼ ਦੀ ਸਿਮਤ ਟੂਰਾ ਮੇਰੇ ਲੱਗਦੇ ਦੀ ਆਵਾਜ਼ ਹੈ ਮੇਰੇ ਆਪਣੇ ਦੀ ਆਵਾਜ਼ ਹੈ ਛੋਟਾ ਸ਼ਹਿਜ਼ਾਦਾ ਜੋ ਸੁੱਤਾ ਪਿਆ ਇਸ ਖਾਬ ਵਿੱਚ ਬਾਬਾ ਐਸ ਮੇਰਾ ਲਾਲ ਬਾਬਾ ਗਿਣਨ ਐਸ ਥੱਕ ਪਏ ਹੋ ਬਾਬਾ ਗਿਣਨ ਐਸ ਠੱਡਾ ਸਾਹਿਬ ਬਰ ਕਿਆ ਦੇ ਬਾਬਾ ਕੱਲ ਹੀ ਦੇ ਬਾਬਾ ਭੈਣਾਂ ਦੂਰ ਰਹਿ ਗਈਆਂ ਨੇ ਬਾਬਾ ਮੈਨੂੰ ਤੱਪਦਾ ਜ਼ੋਰ ਏ ਬਿਗਰ ਜਲਦੀ ਦੇ ਨਾਲ ਉੱਠ ਗਿਆ ਤੇ ਸਾਡੇ ਘਰ ਚੋਂ ਬੱਚਿਆਂ ਦੇ ਰੋਣ ਦੀ ਆਵਾਜ਼ ਆਦੀ ਇਹ ਨਹੀਂ ਹਮਸਾਇਆਂ ਦੇ ਬਾਲ ਜਾਂ ਛੋਟੇ ਸ਼ਹਿਜ਼ਾਦੇ ਵੱਤ ਵੈਣ ਕੀਤੇ ਆ ਹੱਕਲ ਮਾਰ ਕੇ ਦੇ ਬਾਬਾ ਮੇਰੀਆਂ ਤਲੀਆਂ ਫਟ ਗਈਆਂ ਸ਼ਹਿਰ ਸੂਲ ਨਗਰ ਲਿਆ ਦਿਆ ਜਲਦੀ ਕਰ ਮੈਨੂੰ ਚਾਬੀ ਦੇ ਸਾਡੇ ਘਰ ਚੋਂ ਆਵਾਜ਼ ਪਈ ਆਉਂਦੀ ਏ ਸੌਜਾ ਦੀ ਨਹੀਂ ਹਮਸਾਇਆਂ ਦੇ ਬਾਲ ਆਦੇ ਹਮਸਾਇਆਂ ਦੇ ਬਾਲ ਹੋਣਾ ਮਾਂ ਚੁੱਪ ਕਰਾਵੇ ਆ ਇਹ ਇੰਜ ਵਧੇ ਰੋਂਦੇ ਜਿਵੇਂ ਯਤੀਮ ਰੋਂਦੇ
ਸਦਕੇ 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 ਆਦੇ ਮੈਨੂੰ ਚਾਬੀ ਦੇ ਦੀ ਮੈਨੂੰ ਚਾਬੀ ਨਹੀਂ ਲੱਭਦੀ ਆ ਇਸ ਬਗੈਰ ਪੱਥਰ ਚਾਹੇ ਤਾਲਾ ਤੋੜੇ ਆ ਅੰਧੇਰਾ ਮਕਾਨ ਸ਼ਹਿਰ ਸੂ ਲਗਰਾ ਲਿਓ ਹੱਥ ਮਾਰਨੇ ਸ਼ੁਰੂ ਕੀਤੇ ਨਾ ਹੱਥ ਮਾਰੇ ਨਿਆ ਮਰੇ ਨਿਆ ਦੋਵਾਂ ਸ਼ਹਿਜ਼ਾਦੀਆਂ ਦੀਆਂ ਚੋਟੀਆਂ ਤੇ ਹੱਥ ਆਏ ਨਾ ਵੱਡਾ ਕਲਮਾਰ ਕਹਿੰਦੇ ਹੱਥ ਨਾ ਲਾ ਸਾਡੀ ਮਾਂ ਬੋਸੇ ਦੇਂਦੀ ਰਹੀ ਹੈ ਸਾਡੀਆਂ ਬਹਿਣਾ ਕੰਗੀਆਂ ਕਰਦੀਆਂ ਰਹੀਆਂ ਨਾ ਪਹਿਲੀ ਪੌੜੀ ਤੇ ਆਈ ਸ਼ਹਿਜ਼ਾਦੀਆਂ ਦੇ ਸਰ ਛੋੜ ਦਿੱਤੇ ਨਾ ਛੋਟਾ ਕਲਮਾਰ ਕਹਿੰਦੇ ਕੱਪੜਾ ਦੇ ਪੇਸ਼ਾਨੀ ਫਟ ਗਈ ਸਦਕੇ 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 ਤਬੀਅਤ ਮਿਲਾ ਮੈਂ ਤੇਰੇ ਮਿਜਾਜ ਨਾ ਸਦ ਰੱਖਾ ਮਿੰਬਰ ਦੀ ਕਸਮੇ ਤਾਰੀਖ ਦੀ ਦੇ ਘਰ ਚ ਇੱਕ ਸ਼ਤੂਨ ਆਈ ਥੰਮ ਬਈ ਦੋਵਾਂ ਸ਼ਹਿਜ਼ਾਦਿਆਂ ਨੂੰ ਥੰਮ ਨਾਲ ਬੰਨੇ ਸਾਰੀ ਰਾਹ ਜ਼ੁਲਮ ਕਰਦਾ ਰਹੀ ਹੈ ਵੱਡਾ ਦੇ ਬੇਗੈਰ ਜ਼ੁਲਮ ਕਿਉਂ ਕਰੇ ਨਿਆ ਦਾ ਇਨਾਮ ਦਾ ਲਾਲਚ ਵੱਡਾ ਦੇ ਬੇਗੈਰਤ ਮੰਦਲੇ ਅਸਬਾਲਾ ਤੇ ਸਾਡੇ ਮਾਮੇ ਦੇ ਡੇਰੇ ਲੱਗੇ ਹੋਏ ਨਾ ਆ ਮੇਰੇ ਨਾਲ ਟੁਰ ਸਾਨੂੰ ਇਸ ਹਾਲਤ ਵਿੱਚ ਲੈ ਜਾ ਸਾਡੀਆਂ ਭੈਣਾਂ ਨੂੰ ਸਾਡੇ ਮਾਮੇ ਯਮਨੀ ਦੁਰ ਮੰਗਾ ਦਿੱਤੇ ਨਾ ਤੈਨੂੰ ਮੰਗਣ ਦੀ ਲੋੜ ਨਾ ਪੋਸੀ ਸਖੀ ਦੀਆਂ ਨੀਆਂ ਆਪੇ ਲਾ ਵਾਦਾ ਕਰਦਾ ਮੇਰੀ ਭੈਣ ਦੇ ਇੱਕ ਦੁਰ ਨਾਲ ਸਤਵਾਰ ਖੂਫਾ ਬਰਬਾਦ ਹੋਵੇ ਵਤਵਾਦ ਹੋ ਸਕਦੇ ਆਦੇ ਨਹੀਂ ਮੰਨਦਾ ਛੋਟਾ ਦੇ ਬਗੈਰ ਤੂੰ ਜਾਣਦੇ ਤੂੰ ਮੇਰੇ ਮਾਮੇ ਗਾਜ਼ੀ ਦੇ ਘੋੜੇ ਦਾ ਨੌਕਰ ਆਵੇ ਮੇਰੇ ਮਾਮੇ ਗਾਜ਼ੀ ਤੇਰੀ ਸ਼ਾਦੀ ਕਰਾਈ ਆਈ ਆ ਇਹ ਘਰ ਤੈਨੂੰ ਮੇਰੇ ਮਾਮੇ ਅਬਾਸ ਲੈ ਦਿੱਤਾ ਤੂੰ ਮੇਰੇ ਮਾਮੇ ਦੀਆਂ ਮਿੰਨਤਾਂ ਕਰਦਾ ਵੇ ਬੜੇ ਅਰਸੇ ਬਾਅਦ ਮੇਰਾ ਮਾਮਾ ਗਾਜ਼ੀ ਤੇਰੇ ਘਰ ਆਇਆ ਇਸੇ ਸਤੂਨ ਨਾਲ ਤੂੰ ਮੇਰੇ ਮਾਮੇ ਦਾ ਘੋੜਾ ਬਣਿਆ ਮੇਰਾ ਮਾਮਾ ਦੇ ਯਾਰਸ ਯਾਦ ਰੱਖੇ ਥੰਬਾ ਨਾਲ ਹੈਵਾਨ ਬਲੀ ਸਦਕੇ ਸਦਕੇ ਮਾਫੀ ਦੇ ਵੇਖ ਸਤਰੋ ਰੱਖ ਅਦੇ ਨਹੀਂ ਮੰਨਦਾ ਛੋਟਾ ਸ਼ਹਿਜ਼ਾਦਾ ਦਿਓ ਬੇਗੈਰਤ ਨਮਨ ਕਿ ਮੈਨੂੰ ਪੁੱਛੋ ਇਮਰਾਨ ਕਾਜ਼ਮੀ ਤੂੰ ਇਹ ਗੱਲ ਕੀਤੀ ਹੈ ਦੋਵਾਂ ਸ਼ਹਿਜ਼ਾਦਿਆਂ ਨੂੰ ਥੰਬ ਨਾਲ ਬੰਨੇ ਕਿਸ ਅੰਦਾਜ਼ ਨਾਲ ਮਾਸਟਰ ਜੀ ਮਾਫੀ ਦੇਵੇ ਕਿਤਾਬ ਦੇ ਜੁਮਲੇ ਕਿਤਾਬ ਦਾ ਨਾਮ ਹੈ ਮਜਾਲਸੁਲ ਹੁਸੈਨ ਕਿਤਾਬ ਵਾਲਾ ਲਿਖਦੇ ਇਸ ਅੰਦਾਜ਼ ਨਾਲ ਬੰਨੇ ਸ਼ਹਿਜ਼ਾਦਿਆਂ ਦੇ ਪੈਰ ਜ਼ਮੀਨ ਤੇ ਨਾ ਲੱਗਦੇ ਦੂਸਰੀ ਰਿਵਾਇਤ ਇੱਕ ਰਸਾਲੀ ਹੈ ਇੱਕ ਸ਼ਹਿਜ਼ਾਦੇ ਦਾ ਮੂੰਹ ਸੱਜੇ ਪਾਸੇ ਇੱਕ ਦਾ ਮੂੰਹ ਖੱਬੇ ਪਾਸੇ ਰਸਨੀ ਇਤਨੀ ਤੰਗ ਗਈ ਵੱਡਾ ਫਿਰਾ ਮੁਸ਼ਕਲ ਨਾਲ ਗਰਦਨ ਫੇਰ ਕੇ ਪੁੱਛਦਾ ਵੀਰ ਕਿਵੇਂ ਪਈ ਨਿਭਦੀ ਏ ਛੋਟਾ ਦੇ ਤਪਦਾ ਜ਼ੋਰੇ ਭੈਣਾ ਦੂਰ ਕੱਲ ਈਦ ਮੇਰੇ ਪੈਰਾਂ ਦੀਆਂ ਤਲੀਆਂ ਜੀ ਕਰਾਂ ਵਹਿਣ ਕਰ ਕਰੋ ਮੇਰੇ ਪੈਰਾਂ ਦੀਆਂ ਤਲੀਆਂ ਫਟ ਗਈਆਂ ਸਾਰੀ ਰਾਹ ਜ਼ੁਲਮ ਕਰਦਾ ਰਹੀ ਹੈ ਫਜਰ ਦਾ ਵੇਲਾ ਆਦੇ ਆਓ ਸ਼ਹਿਜ਼ਾਦਿਓ ਤੁਹਾਨੂੰ ਦਰਿਆਓ ਦੀ ਸੈਰ ਕਰਾਵਾਂ ਸਹਿਰਾ ਖਾਣਾ ਆਦੇ ਆਓ ਸ਼ਹਿਜ਼ਾਦਿਓ ਤੁਹਾਨੂੰ ਦਰਿਆਓ ਦੀ ਸੈਰ ਕਰਾਵਾਂ ਮਿੰਬਰ ਦੀ ਅਜ਼ਮਤ ਦੀ ਕਸਮੇ ਤਾਰੀਖਾਂ ਦੀ ਇੱਥੇ ਦੋ ਜੁਮਲੇ ਆ ਇੱਕ ਆਪ ਚ ਘੋੜੇ ਤੇ ਚੜਿਆ ਸ਼ਹਿਜ਼ਾਦਿਆਂ ਦੀਆਂ ਚੋਟੀਆਂ ਨੱਪੀਆਂ ਦੂਸਰੀ ਰਿਵਾਇਤ ਇੱਕ ਰਸਾਲੀ ਆ ਹੁੰਦੇ ਦੋ ਟੁਕੜੇ ਕੀਤੇ ਆ ਵੱਡੇ ਸ਼ਹਿਜ਼ਾਦੇ ਨੂੰ ਘੋੜੇ ਦੀ ਖੋਜ ਦੇ ਸੱਜੇ ਪਾਸੇ ਛੋਟੇ ਸ਼ਹਿਜ਼ਾਦੇ ਨੂੰ ਘੋੜੇ ਦੀ ਖੋਜ ਦੇ ਖੱਬੇ ਪਾਸੇ ਆ ਸ਼ਹਿਰ ਸੂ ਨਗਰਾ ਲੈ ਇਸ ਘੋੜਾ ਤੋਰੇ ਆ ਇਸੀ ਜ਼ੋਜਾ ਸਾਹਮਣੇ ਆ ਕਦੀ ਹਯਾ ਕਰ ਕਿਉਂ ਪਰਦੇਸੀਆਂ ਤੇ ਜ਼ੁਲਮ ਕਰਦੇ ਆ ਆਦਾ ਇਨਾਮ ਦਾ ਲਾਲਚ ਇਸ ਤਲਵਾਰ ਦਾ ਵਾਰ ਕੀਤਾ ਜ਼ੋਜਾ ਜ਼ਮੀਨ ਤੇ ਜਾਣ ਪਈ ਹੈ ਇਹਦੀ ਚਾਰ ਜਾਂ ਪੰਜ ਸਾਲ ਦੀ ਇੱਕ ਧੀ ਹੈ ਮਕਾਨ ਦੀ ਛੱਤ ਤੇ ਚੜ ਗਈ ਹੈ ਅਕਲ ਮਾਰ ਕਦੀ ਕੂਫੇ ਵਾਲਿਓ ਕੋਈ ਵਸ ਲੱਗਦਾ ਲਓ ਮਹਿਮਾਨ ਪੈ ਮਰੀ ਨੇ ਨਾ ਇਸ ਘੋੜਾ ਤੋਰੇ ਆ ਸ਼ਹਿਜ਼ਾਦਿਆਂ ਨਾਲ ਤੁਰਨਾ ਸ਼ੁਰੂ ਕੀਤਾ ਆ ਘੋੜੇ ਦੀ ਰਫਤਾਰ ਵਧੀ ਕਦੇ ਵੱਡਾ ਜਾਣ ਪਾਉਂਦਾ ਆ ਕਦੇ ਛੋਟਾ ਜਾਣ ਪਾਉਂਦਾ ਆ ਦਰਿਆ ਦੇ ਕਿਨਾਰੇ ਤੇ ਆ ਕਦੇ ਜਲਦੀ ਕਰੋ ਚੋਲੇ ਲਾਓ ਛੋਟਾ ਵੱਡੇ ਦੌੜੇ ਦੇ ਆ ਵੱਡਾ ਛੋਟੇ ਦੌੜੇ ਦੇ ਆ ਵੱਡਾ ਕਲਮਾਰ ਕਦੇ ਪਾੜ ਇੰਨਾ ਲੀਲਾ ਆਏ ਬੋਲਾ ਚਾ ਚੋਲਾ ਰਾਹ ਵੇਖ ਨਹੀਂ ਸਜਣਾ ਦਾ ਅਸਮਾ ਕੋ ਵੀ ਜੀ 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 ਈਦ ਦੇ ਨਹੀਂ ਮਾਫੀ ਦੇ ਆਖਰੀ ਜੁਮਲਾ ਈਦ ਦੇ ਨਹੀਂ ਆ ਜਿਹੜਾ ਮੈਂ ਮੁਸਲਮ ਦੀਆਂ ਦੀਆਂ ਟੁਰੀਆਂ ਨਾ ਆਦਨੀ ਮਾਮਾ ਸਾਨੂੰ ਫਿਰਾ ਮਿਲਾ ਜਦੋਂ ਮੇਰੇ ਮੌਲਾ ਦੀ ਅਗਲੀ ਦਰਾ ਗਈਆਂ ਭੈਣੀ ਡਿੱਠਾ ਚੋਲੇ ਵਧੇ ਲਾਉਂਦੇ ਆ ਨਾ ਜਦੋਂ ਲਾਹੌਰ ਦੀ ਮਲਕਾਈ ਆ ਵੱਡਾ ਕੁਸ ਕੀ ਆ ਛੋਟਾ ਚੋਲਾ ਵਧਾ ਲੈਂਦਾ ਬੀਬੀ ਅੱਜ ਕੇ ਮੇਰਾ ਲਾਲ ਮਾਂ ਮਿਲਣ ਆਈਏ ਉਸ ਪਾਸੇ ਦੌੜੇ ਚ ਤੂੰ ਆਵਾਜ਼ ਆਈ ਆਈ ਰੋਕਿਆ ਦੇਨੇ ਤੇ ਮਾਣ ਕਰੇ ਦੀ ਆਵੇ ਅੰਮਾ ਸਾਡੇ ਸਾਹਮਣੇ ਪੈ ਕੇ ਘਰ ਦਾ ਮੇਰੇ ਵੀਰਾ ਪਾ ਰਸਤਾ ਦਿਓ ਜੀ ਜ਼ਰਾ